ਦੋ ਗੈਰ ਸਿਆਸੀ ਬੰਦੇ, ਮੇਰਾ ਭਾਵ ਉੱਧਰੋਂ ਇਮਰਾਨ ਖਾਨ ਅਤੇ ਇੱਧਰੋਂ ਸਾਡਾ ਨਵਜੋਤ ਸਿੱਧੂ, ਇਸ ਦੋਨੋਂ ਸਿਆਸੀ ਨਹੀਂ ਹਨ। ਸੋ ਉਹਦੇ ਵਿੱਚ ਜੋ ਨਵਜੋਤ ਸਿੱਧੂ ਦਾ ਹੈ ਰੋਲ, ਉਸ ਨੂੰ ਅਸੀਂ ਦਰਗੁਜ਼ਰ ਨਹੀਂ ਕਰ ਸਕਦੇ। ਇਹਨਾਂ ਨੇ ਕਿਹਾ ਕਿ ਸਾਡੀ ਅਨਕੰਡੀਸ਼ਨਲ ਸਪੋਰਟ ਹੈ ਬੀਜੇਪੀ ਨੂੰ, ਅਤੇ ਜੇ ਅਨਕੰਡੀਸ਼ਨਲ ਸਪੋਰਟ ਹੈ ਫਿਰ ਇਹ ਜਿਹੜੇ ਵਿਚਾਰ ਨੇ ਇਹਨਾਂ ਦੇ ਨੇ ਕਿ ਜਨਸੰਘ ਦੇ ਬੀਜੇਪੀ ਦੇ ਨੇ ਕਿ ਅਕਾਲ ਤਖ਼ਤ ਦਾ ਹੁਕਮ ਪੰਜਾਬ ਗੌਰਮੈਂਟ 'ਤੇ ਲਾਗੂ ਨਹੀਂ ਹੁੰਦਾ। ਅਗਰ ਉਹ ਅਮਰਿੰਦਰ ਸਿੰਘ ਬਤੌਰ ਸਿੱਖ ਕੋਈ ਚੀਜ਼ ਔਰ ਉਸਨੂੰ ਕਹਿੰਦੇ ਹੋਰ ਚੀਜ਼ ਹੈ, ਲੇਕਿਨ ਜਿਹੜੀ ਗੌਰਮੈਂਟ ਹੈ ਉਹ ਸਿੱਖ ਗੌਰਮੈਂਟ ਨਹੀਂ ਹੈ। ਸਵਾਲ ਇਹ ਪੈਦਾ ਹੁੰਦਾ ਕਿ ਅਕਾਲੀ ਦਲ ਜਿਹੜਾ ਹੈਗਾ ਹਿੰਦੂ ਰਾਸ਼ਟਰਵਾਦ ਦੇ ਮੁੱਦੇ 'ਤੇ ਚੁੱਪ ਕਿਉਂ? ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਇਹ ਤਾਂ ਆਪਣੀ ਸੋਚਣੀ ਉਹਨਾਂ ਨੂੰ ਸੋਚਣੀ ਉਹਨਾਂ ਦੇ ਗਹਿਣੇ ਰੱਖ ਕੇ ਸਰਕਾਰ ਲਈ ਹੈ। ਫਿਰ ਇਹ ਤਾਂ ਜੇ ਦੇਖਿਆ ਜਾਏ ਤਾਂ ਜਿਹੜਾ ਟਕਰਾਓ ਹੈ ਉਹ ਕਾਂਗਰਸ ਔਰ ਬੀਜੇਪੀ ਦਾ ਹੈ। ਇਹ ਉਹਨਾਂ ਨੇ ਇੱਥੇ ਇਹ ਜਿਹੜਾ ਅਕਾਲੀ ਦਲ ਹੈ ਇਹ ਤਾਂ ਹੁਣ ਬੀਜੇਪੀ ਦਾ ਇੱਕ ਮੋਹਰਾ ਹੈ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਭਾਈ ਅਸ਼ੋਕ ਸਿੰਘ ਬਾਗੜੀਆਂ, ਸਿੱਖ ਵਿਦਵਾਨ, ਪਰ ਮੈਂ ਜੇ ਸਿੱਖ ਇਤਿਹਾਸ ਵਿੱਚ ਇਹਨਾਂ ਦੇ ਖਾਨਦਾਨ ਦਾ ਜ਼ਿਕਰ ਕਰਾਂ, ਬਾਬਾ ਭਾਈ ਰੂਪ ਚੰਦ ਜਿਨ੍ਹਾਂ ਦਾ ਖਾਨਦਾਨ 6ਵੇਂ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਜਿਨ੍ਹਾਂ ਨੇ ਸੇਵਾ ਨਿਭਾਈ, ਉਹਨਾਂ ਦੇ ਦੋ ਬੇਟੇ ਸਨ ਧਰਮ ਸਿੰਘ ਅਤੇ ਪਰਮ ਸਿੰਘ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੰਦੇੜ ਤੱਕ ਗਏ। ਨਾਂਦੇੜ ਦੇ ਵਿੱਚ ਜਾ ਕੇ ਜਿਹੜਾ ਹੈਗਾ ਪਰਮ ਸਿੰਘ ਤਾਂ ਇੱਕ ਯੁੱਧ ਦੇ ਵਿੱਚ ਸ਼ਹਾਦਤ ਪਾ ਗਏ। ਬਾਬਾ ਧਰਮ ਸਿੰਘ ਵਾਪਸ ਆਏ ਅਤੇ ਵਾਪਸ ਆ ਕੇ ਉਹਨਾਂ ਨੇ ਭਾਈ ਬੰਦਾ ਬਹਾਦਰ ਨੇ ਜਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤਾਂ ਭਾਈ ਧਰਮ ਸਿੰਘ ਨੇ ਇੱਕ ਮੋਰਚਾ ਉਸ ਵੇਲੇ ਸੰਭਾਲਿਆ। ਭਾਈ ਅਸ਼ੋਕ ਸਿੰਘ ਬਾਗੜੀਆਂ ਉਹਨਾਂ ਦੀ 13ਵੀਂ ਪੀੜ੍ਹੀ 'ਚੋਂ ਹਨ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਦੁਨੀਆ ਭਰ ਸਿੱਖ ਭਾਈਚਾਰਾ ਮਨਾਉਣ ਦੇ ਲਈ ਪੱਬਾਂ ਪਰ ਹੈ, ਉਤਸ਼ਾਹ 'ਚ ਹੈ, ਉਹਨਾਂ ਮਾਮਲਿਆਂ ਨੂੰ ਲੈ ਕੇ ਕਰਾਂਗੇ ਗੱਲਬਾਤ। ਭਾਈ ਬਾਗੜੀਆਂ ਜੀ ਸਾਡੇ ਚੈਨਲ 'ਤੇ ਆਉਣ ਲਈ, ਮੇਰੇ ਵੱਲੋਂ, ਮੇਰੀ ਟੀਮ ਵੱਲੋਂ, ਸਾਡੇ ਦਰਸ਼ਕਾਂ ਵੱਲੋਂ ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰਪੁਰ ਦੇ ਲਾਂਘੇ ਦੇ ਲਈ ਭਾਰਤ ਅਤੇ ਹਿੰਦੁਸਤਾਨ ਨੇ ਇੱਕ ਦਿਨ ਪਹਿਲਾਂ ਜਿਹੜਾ ਸਮਝੌਤਾ ਕੀਤਾ, ਬੜਾ ਇਤਿਹਾਸਿਕ ਦਿਹਾੜਾ ਹੈ। ਲੰਬੇ ਸਮੇਂ ਤੋਂ ਸਿੱਖ ਭਾਈਚਾਰਾ ਜਿਸ ਤਰ੍ਹਾਂ ਅਰਦਾਸਾਂ ਕਰਦਾ ਆ ਰਿਹਾ ਸੀ, ਉਹਨਾਂ ਦੀਆਂ ਅਰਦਾਸਾਂ ਨੂੰ ਪਿਆ ਬੂਰ, ਇਸ ਮੁੱਦੇ 'ਤੇ ਕੀ ਕਹੋਗੇ? ਇਹ ਵੀ ਇੱਕ ਬਾਬਾ ਨਾਨਕ ਅਕਾਲ ਪੁਰਖ ਦੀ ਇੱਕ ਅਜੀਬ ਕਹਿੰਦੇ ਮੌਜਜ਼ਾ ਹੈ ਕਿ ਇਹ ਹੋਣਾ ਹੀ ਹੁਣ ਸੀ, ਮਤਲਬ 550 ਸਾਲ 'ਚ ਆ ਕੇ। ਇਹ ਵੀ ਇੱਕ ਬਾਬਾ ਨਾਨਕ ਦੀ ਦੇਣ ਹੈ ਔਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ। ਔਰ ਇਸ ਦੇਣ ਨੂੰ ਸਿਰੇ ਚੜ੍ਹਾਉਣ ਵਾਸਤੇ ਪਾਕਿਸਤਾਨ ਔਰ ਹਿੰਦੁਸਤਾਨ ਦੇ ਜੀ ਦੋ ਗੈਰ ਸਿਆਸੀ ਬੰਦੇ, ਮੇਰਾ ਭਾਵ ਉੱਧਰੋਂ ਇਮਰਾਨ ਖਾਨ ਅਤੇ ਇੱਧਰੋਂ ਸਾਡਾ ਨਵਜੋਤ ਸਿੱਧੂ, ਇਸ ਦੋਨੋਂ ਸਿਆਸੀ ਨਹੀਂ ਹਨ, ਇਹ ਖਿਡਾਰੀ ਨੇ। ਕਿਉਂਕਿ ਖਿਡਾਰੀਆਂ ਦੇ ਵਿੱਚ ਜਿਹੜਾ ਹੁੰਦਾ ਹੈ ਉਹ ਮਤਭੇਦ ਇਸ ਕਿਸਮ ਦਾ ਨਹੀਂ ਹੁੰਦਾ, ਉਹ ਆਪਸ 'ਚ ਕਿੰਨਾ ਵੀ ਉਹਨਾਂ ਦਾ ਮੁਲਕਾਂ ਦਾ ਵੈਰ ਹੋਵੇ ਜੱਫੀ ਪਾ ਕੇ ਮਿਲਦੇ ਨੇ। ਕਿਹਾ ਜਾਂਦਾ ਵੀ ਰਾਜਨੀਤੀ 'ਚ ਆਉਣ ਦੇ ਬਾਵਜੂਦ ਵੀ ਉਹ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਜਿਹੜਾ ਆਮ ਤੌਰ 'ਤੇ ਜਿਸ ਨੂੰ ਲੋਕ ਨਫ਼ਰਤ ਕਰਦੇ ਆ। ਹਾਂ, ਉਹ ਨਫ਼ਰਤ ਵਾਲੀ ਤਾਂ ਹੈ ਹੀ ਨਹੀਂ। ਬਾਕੀ ਅਸੀਂ ਇਹ ਹੈ, ਸਾਨੂੰ ਇਹ ਦੇਖਣਾ ਚਾਹੀਦਾ ਵੀ ਉਹਦਾ ਸਾਨੂੰ ਨੈੱਟ ਰਿਜ਼ਲਟ ਕੀ ਮਿਲਿਆ। ਸੋ ਉਹਦੇ ਵਿੱਚ ਜੋ ਨਵਜੋਤ ਸਿੱਧੂ ਦਾ ਹੈ ਰੋਲ, ਉਸ ਨੂੰ ਅਸੀਂ ਦਰਗੁਜ਼ਰ ਨਹੀਂ ਕਰ ਸਕਦੇ ਔਰ ਕਰਨਾ ਵੀ ਨਹੀਂ ਚਾਹੀਦਾ। ਕਿਵੇਂ ਵੀ ਹੈ ਇਹ ਰਸਤਾ ਖੋਲ੍ਹਿਆ ਅਤੇ ਰਸਤਾ ਖੋਲ੍ਹਣ ਦੇ ਵਿੱਚ ਉੜਿੱਕੇ ਉੜੁੱਕੇ ਜਿਹੜੇ ਪੈਂਦੇ ਨੇ ਉਹ ਸਿਆਸੀ ਨੇ। ਹੁਣ $20 ਦਾ ਰੌਲਾ ਪਾਉਂਦੇ ਨੇ, $20 ਹੈਂਡ ਕੀ,
1500-1600 ਰੁਪਈਆ ਉੱਥੇ ਜਾਣ ਵਾਸਤੇ ਕੌਣ ਆ ਜਿਹੜਾ ਨਹੀਂ ਦੇ ਸਕਦਾ? ਉਹਦੇ ਪਿੱਛੇ ਉਹਨਾਂ ਨੂੰ 2-3 ਦਿਨ ਕਿੰਨੇ ਦਿਨ ਅੱਗੇ ਪਾਰਟੀ ਕਰਤੀ, ਸ਼ਾਮ ਨੂੰ ਚਲੇ ਜਾਓ ਕਿਤੇ ਖਾਣਾ ਖਾਣ, ਉੱਥੇ ਕਿੰਨੇ ਰੁਪਈਏ ਲਾ ਕੇ ਆ ਜਾਂਦੇ ਹਾਂ, ਅਤੇ 1200 ਰੁਪਈਆ 1400 ਰੁਪਈਆ ਅਗਰ ਫੀਸ ਦੇ ਵੀ ਦਈਏ ਉੱਥੇ ਜਾਣ ਦੇ, ਉਹ ਕੋਈ ਐਡੀ ਵੱਡੀ ਨਹੀਂ, ਐਵੇਂ ਇਸ਼ੂ ਬਣਾਉਣ ਦੀ ਲੋੜ ਨਹੀਂ। ਔਰ ਵਗੜੇ ਜਿੱਦਾਂ ਤੁਸੀਂ ਕਹਿ ਰਹੇ ਕਿ ਇਸ ਮੁੱਦੇ ਨੂੰ ਇਸ਼ੂ ਬਣਾਉਣ ਦੀ ਜ਼ਰੂਰਤ ਨਹੀਂ ਹੈ, ਕੇਂਦਰ ਦੀ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰਦੇ ਹੈ ਕਿ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ, ਕੈਪਟਨ ਅਮਰਿੰਦਰ ਕਹਿ ਰਿਹਾ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ। ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਅਕਾਲੀ ਦਲ ਦੀ ਹੁਣ ਪੋਜੀਸ਼ਨ ਕੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਦਾ ਇਹਨਾਂ ਨੇ ਪੰਥ ਦਾ ਲਫ਼ਜ਼ 1996 ਡਰੋਪ ਕਰਤਾ ਜੀ, ਕੀ ਇਹ ਸਿੱਖ ਪੋਲੀਟੀਕਲ ਪਾਰਟੀ ਹੈ? ਇੱਕ ਦੂਸਰਾ ਇਹ ਕਿ ਇਹਨਾਂ ਨੇ ਜੇ ਮੈਂ ਮੇਰੀ ਯਾਦ ਦਾ ਜਵਾਬ ਨਹੀਂ ਦਿੰਦੀ, ਇਹਨਾਂ ਨੇ ਕਿਹਾ ਕਿ ਸਾਡੀ ਅਨਕੰਡੀਸ਼ਨਲ ਸਪੋਰਟ ਹੈ BJP ਨੂੰ, ਅਤੇ ਜੇ ਅਨਕੰਡੀਸ਼ਨਲ ਸਪੋਰਟ ਹੈ ਫਿਰ ਇਹ ਜਿਹੜੇ ਵਿਚਾਰ ਨੇ ਇਹਨਾਂ ਦੇ ਨੇ ਕਿ ਜਨਸੰਘ ਦੇ BJP ਦੇ ਨੇ। ਤੁਸੀਂ ਬੜੇ ਵੱਡੇ ਵਹਿਮ ਮੁੱਦੇ 'ਤੇ ਗੱਲ ਕਰ ਰਹੇ ਹੋ ਜਦੋਂ BJP ਦੀ ਜਾਂ ਜਨਸੰਘ ਦੀ ਗੱਲ ਕਰਦੇ ਹਾਂ। ਕੁਝ ਦਿਨ ਪਹਿਲਾਂ ਹੀ RSS ਦੇ ਮੁਖੀ ਜਿਹੜਾ ਹੈਗਾ ਉਹਨਾਂ ਨੇ ਗੱਲ ਕਹੀ ਕਿ ਪੂਰਾ ਭਾਰਤ ਜਿਹੜਾ ਹੈਗਾ ਉਹ ਹਿੰਦੂਤਵ ਦੇ ਨਾਲ ਜੁੜਿਆ ਹੋਇਆ, ਜਾਣੀ ਉਹਨੂੰ ਹਿੰਦੂਆਂ ਦਾ ਹਿੰਦੁਸਤਾਨ ਜਿਹੜਾ ਜੋੜ ਕੇ ਗੱਲ ਕੀਤੀ। ਉਹਨਾਂ ਨੇ ਹੁਣ ਕਿਹਾ ਅੱਜ ਤੋਂ ਕੁਛ ਮਹੀਨੇ ਪਹਿਲਾਂ, ਉਹਨਾਂ ਦਾ ਇਹ ਵੀ ਬਿਆਨ ਆ ਕਿ ਅਸੀਂ ਕੱਲ੍ਹ ਤਖ਼ਤ 'ਤੇ ਕਬਜ਼ਾ ਕਰ ਲਿਆ ਔਰ ਕੋਈ ਸਾਡੇ 'ਚੋਂ ਨਹੀਂ ਬੋਲਿਆ ਆਏ। ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਲੋਕ ਹੁਣ ਸਾਡੇ ਪਾਸ ਕੋਈ ਐਸੀ ਜਿਹਨੂੰ ਕਹਿੰਦੇ ਔਰਗਨਾਈਜੇਸ਼ਨ ਸੰਸਥਾ ਨਹੀਂ ਹੈ ਜਿਹੜੀ ਸਮੁੱਚੇ ਸਿੱਖਾਂ ਦੇ ਲਾਭ ਨੂੰ ਹਿੱਤਾਂ ਦੀ ਰਾਖੀ ਦੀ ਖਾਤਰ ਲੜ ਸਕੇ। ਹਾਂ, ਰਾਖੀ ਦੀ ਰਾਖੀ ਕਰ ਸਕੇ ਜੀ, ਇਸ ਵੇਲੇ ਕੋਈ ਨਹੀਂ ਜੀ। ਅਕਾਲ BJP ਜਿਹੜਾ ਇਹ ਸ਼ਾਇਦ ਤੁਹਾਨੂੰ ਯਾਦ ਹੋਣਾ, ਜਦੋਂ 2014 ਦੀ ਇਲੈਕਸ਼ਨ ਹੋਈ ਉਦੋਂ ਇੱਕ ਸਵਾਲ ਟ੍ਰਿਬਿਊਨ ਦੇ ਵਿੱਚ ਆਇਆ ਕਿ ਕੀ SGPC ਸਿੱਖ ਉਮੀਦਵਾਰ ਨੂੰ ਵੋਟ ਪਾਏਗੀ। ਟ੍ਰਿਬਿਊਨ ਅਖਬਾਰ ਅੰਗਰੇਜ਼ੀ ਦਾ ਇੱਕ ਮੋਤਬਰ ਅਖਬਾਰ ਹੈ, ਜ਼ਿੰਮੇਵਾਰ ਅਖਬਾਰ ਹੈ, ਉਸ ਦੇ ਵਿੱਚ ਇਹ ਸਵਾਲ ਆਉਣਾ ਇਹ SGPC ਦੇ ਉੱਪਰ ਇੱਕ ਬਹੁਤ ਵੱਡਾ ਸਵਾਲੀਆ ਫਿਕਰਾ ਸੀ। ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਦਰ ਜਿਹੜਾ ਆਪਣੇ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਕਰਮਚਾਰੀ ਹੈ ਜਾਂ ਅੰਦਰ ਦਾ ਜਿਹੜਾ ਸਾਰਾ ਉਹਨਾਂ ਦਾ ਕੱਪੜਿਆਂ ਦਾ ਜਿਹੜਾ ਰੰਗ ਰੂਪ ਹੈ ਉਹਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਭਗਵੇਂ ਕਰਨ ਦੇ ਨਾਲ ਮਿਲਦਾ ਜੁਲਦਾ ਕਰ ਦੇ। ਇਹ ਠੀਕ ਹੈ ਗੱਲ? ਰਿਲਦਾ ਜੁਲਦਾ ਨਹੀਂ, ਭਗਵਾਂ ਕਰਤਾ ਹੈ। ਆ ਹੁਣ ਤੁਹਾਡੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸ ਤੋਂ ਮਨਾਇਆ ਗਿਆ ਜੀ 31 ਪਿੱਛੇ ਜੇ, ਉਸ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਜਲਾਓ ਹੈ ਉੱਥੇ ਤੁਸੀਂ ਧਿਆਨ ਨਾਲ ਦੇਖੋ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਜਿਹੜਾ ਪੁਸ਼ਾਕ ਹੈ ਥੱਲੇ ਉਹ ਬਸੰਤੀ ਹੈ ਔਰ ਉਹਨਾਂ ਦੇ ਗਲ ਦੇ ਵਿੱਚ ਹੈ ਭਗਵਾਂ। ਸੋ ਇਹ ਤਾਂ ਉੱਥੇ ਸਿੱਧਾ ਹੀ ਚਲਿਆ ਗਿਆ। ਸਵਾਲ ਇਹ ਹੈ ਰੰਗ ਦਾ ਕੋਈ ਵੈਸੇ ਮਹੱਤਤਾ ਨਹੀਂ ਹੁੰਦੀ, ਰੰਗ ਸਭੇ ਨਾਰਾਇਣ ਨੇ ਜੇਤੇ ਮਨ ਭਾਵਨ ਉਹ ਚੱਟ ਚੀਜ਼ ਹੈ, ਲੇਕਿਨ ਹੁਣ ਅੱਜ ਕੱਲ੍ਹ ਦੇ ਹਿਸਾਬ 'ਚ ਰੰਗ ਇੱਕ ਦੂਜੇ ਪੋਲੀਟੀਕਲ ਪਾਰਟੀ ਨਾਲ ਵਾਬਸਤਾ ਹੋ ਚੁੱਕੇ ਨੇ। ਲਾਲ ਰੰਗ ਲਓ ਕਮਿਊਨਿਸਟਾਂ ਦਾ ਹੋ ਜਾਂਦਾ ਹੈ, ਹਰਾ ਰੰਗ ਲਓ ਮੁਸਲਮਾਨਾਂ ਦਾ ਹੋ ਜਾਂਦਾ ਹੈ, ਭਗਵਾਂ ਲਓ ਅਤੇ ਆਪਣਾ BJP ਭਾਈਚਾਰੇ ਦਾ ਹੋ ਜਾਂਦਾ ਹੈ, ਅਤੇ ਸਾਡੀ ਜਿਹੜੀ ਪੰਥ ਪ੍ਰਮਾਣਿਤ ਮਰਿਆਦਾ ਹੈ ਉਹਦੇ ਵਿੱਚ ਜਿਹੜੇ ਸਾਡੇ ਦੋ ਰੰਗ ਨੇ ਉਹ ਹਨ ਬਸ ਸੁਰਮਈ ਔਰ ਬਸੰਤੀ।
ਇਹ ਉਹਨਾਂ ਦੀ ਉਲੰਘਣਾ ਹੈ। ਭਾਈ ਬਾਗੜੀਆ ਜੀ, ਤੁਸੀਂ ਜਿਸ ਮੁੱਦੇ 'ਤੇ ਗੱਲ ਕਰਦੇ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਆਪਾਂ ਮਰਿਆਦਾ ਦੀ ਪਾਲਣਾ ਦੀ ਜ਼ਿਕਰ ਕੀਤਾ ਜਿਸਦਾ ਤੁਸੀਂ, ਹੁਣ ਜਦੋਂ ਬਾਬਾ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਤਾਂ ਉਹ ਇਹ ਸੀ ਕਿ ਇੱਕ ਸਟੇਜ ਦੇ ਉੱਤੇ ਸਾਰੇ ਪ੍ਰੋਗਰਾਮ ਕੀਤੇ ਜਾਣਗੇ। ਹੁਣ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਦਬਾਅ ਹੇਠਾਂ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਉਹੀ ਪ੍ਰੋਗਰਾਮ ਰੱਖ ਰਹੀ ਹੈ ਜਿਸ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਬਾਦਲ ਜਾਂ ਉਹਨਾਂ ਦੇ ਨਾਲ ਦੇ ਕਹਿੰਦੇ ਆ। ਇਹ ਤਾਂ ਹੈ ਹੀ, ਉਹ ਤਾਂ ਇੱਕ ਨੇ ਦੋਨੋਂ ਇਕੱਠੇ ਹੀ ਚੱਲਦੇ ਨੇ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜਿਸ ਵੇਲੇ ਅਸੀਂ ਇਹ ਮਨਾ ਰਹੇ ਹਾਂ, ਅਕਾਲ ਤਖ਼ਤ ਦੀ ਜਿਹੜੀ ਇੰਪੋਰਟੈਂਸ ਹੈ ਉਸ ਨੂੰ ਅਸੀਂ ਆਪ ਤਬਾ ਲਾਇਆ, ਉਸ ਨੂੰ ਮੈਂ ਤੁਹਾਨੂੰ ਦੱਸਦਾ। ਹੁਣ ਇਹਦੇ ਖਿਲਾਫ 2007 ਵਿੱਚ ਉਸ ਵੇਲੇ ਜਿਹੜੇ ਵੀ ਤਤਕਾਲੀਨ ਸੀਗੇ ਆਪਣੇ ਜਥੇਦਾਰ ਸਾਹਿਬ, ਉਹਨਾਂ ਨੇ RSS ਦੇ ਅਗੇਂਸਟ ਹੁਕਮਨਾਮਾ ਦਿੱਤਾ, ਉਹਨਾਂ ਦੇ ਅਗੇਂਸਟ ਨਹੀਂ ਦਿੱਤਾ। ਉਹਨਾਂ ਨੇ ਅਕਾਲੀਆਂ ਨੂੰ ਕਿਹਾ ਵੀ ਜਿੰਨੀ ਦੇਰ ਇਹ ਜਿਹੜਾ ਸਿੱਖਾਂ ਦੇ ਵਿਰੁੱਧ ਜਾਂ ਗੁਰੂਆਂ ਦੇ ਵਿਰੁੱਧ ਜਿਹੜਾ ਇਹਨਾਂ ਦਾ ਪ੍ਰਚਾਰ ਹੈ ਉਹ ਬੰਦ ਨਹੀਂ ਕਰਦੇ, ਉਹਨਾਂ ਦੇ ਜਿਹੜੇ ਇਹਨਾਂ ਨਾਲ ਸਹਿਚਾਰ ਨਹੀਂ ਆਉਣਾ ਚਾਹੀਦਾ। ਹੁਣ ਉਹ ਕਿਉਂਕਿ ਹੁਕਮਨਾਮਾ ਉੱਥੋਂ ਸਿਰਫ ਸਿੱਖਾਂ ਨੂੰ ਹੀ ਇਸ਼ੂ ਹੋ ਸਕਦਾ, ਗੈਰ ਸਿੱਖ ਨੂੰ ਨਹੀਂ ਹੋ ਸਕਦਾ ਜੀ, ਉਹਦਾ ਤਾਂ ਕੋਈ ਕਿਸੇ ਨੇ ਗੋਲਿਆ ਨਹੀਂ। ਇਸ ਤੋਂ ਪਹਿਲਾਂ 1999 'ਚ ਜਦੋਂ ਆਪਣੀ ਤ੍ਰੈਸਤਾ ਵਿਧੀ ਮਨਾਈ ਗਈ ਖਾਲਸੇ ਦੀ, ਉਦੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਸੀ ਕਿ ਜਿਹੜਾ ਤੁਹਾਡਾ ਆਪਸ ਦਾ ਟਕਰਾਓ ਹੈ ਉਸ ਨੂੰ ਤੁਸੀਂ ਥੋੜ੍ਹੇ ਦਿਨ ਰੋਕ ਲਓ ਅਤੇ ਇਹ ਜਿਹੜਾ ਹੈ ਸਮਾਗਮ ਇਹ ਇਕੱਠੇ ਹੋ ਕੇ ਮਨਾ ਲਓ ਜੀ, ਉਸ ਤੋਂ ਬਾਅਦ ਤੁਸੀਂ ਆਪਸ ਕਰ ਲਓ। ਪਰ ਇਹ ਜਿਹੜੇ ਉਸ ਵੇਲੇ ਦੋ ਸਾਡੇ ਸੀਗੇ ਬਾਦਲ ਸਾਹਿਬ ਅਤੇ ਟੌੜਾ ਸਾਹਿਬ, ਇਹ ਉਸ ਚੀਜ਼ ਨੂੰ ਨਹੀਂ ਸਵੀਕਾਰ ਕੀਤਾ। ਮੈਂ ਸਵੀਕਾਰ ਨਹੀਂ ਕਹਿੰਦਾ, ਮੈਂ ਕਹਾਂਗਾ ਅਕਾਲ ਤਖ਼ਤ ਦੀ ਰਾਏ ਨਹੀਂ ਮੰਨੀ, ਮੈਂ ਹੁਕਮ ਨਹੀਂ ਮੰਨ ਕਹਿਣਾ ਚਾਹੁੰਦਾ ਇੱਥੇ, ਹੁਕਮ ਦੁਲੀ ਉਹ ਨਹੀਂ ਮੰਨੀ, ਦੋ ਫਾੜ ਹੋ ਗਏ। ਹੁਣ ਉਹ ਦੋ ਫਾੜ ਦੇ ਵਿੱਚੋਂ ਨਿਕਲਿਆ ਸੰਤ ਸਮਾਜ, ਸਿੱਖ ਸਮਾਜ ਦੇ ਵਿੱਚ ਸੰਤ ਸਮਾਜ ਦਾ ਕੀ ਮਤਲਬ, ਔਰ ਸੰਤ ਸਮਾਜ ਹੁਣ ਇੰਨਾ ਹਾਵੀ ਹੋ ਗਿਆ। ਹੁਣ ਕੱਲ੍ਹ ਦੇ ਅਖਬਾਰ 'ਤੇ ਸੰਤ ਸਮਾਜ ਵੱਲੋਂ ਇਹ ਹੋ ਰਿਹਾ ਕਿ ਜਿਹੜੀ ਉਹਨਾਂ ਦੀ ਮਰਿਆਦਾ ਹੈ ਉਹ ਇਸ ਸਾਡੇ ਗੁਰਦੁਆਰਿਆਂ 'ਤੇ ਲਾਗੂ ਹੋਵੇ। ਬੜੇ ਅਹਿਮ ਮਾਮਲੇ 'ਤੇ ਗੱਲ ਕਰ ਰਹੇ ਹੋ ਭਾਈ ਬਾਗੜੀ ਜੀ, ਮੈਂ ਇਸ ਮਾਮਲੇ 'ਤੇ ਸਵਾਲ ਜਿਹੜਾ ਗੱਲ ਲੈਣਾ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਨਾਨਕ ਦਾ ਐਡਾ ਵੱਡਾ ਸਾਡੀ ਜ਼ਿੰਦਗੀਆਂ ਦਾ ਸਭ ਤੋਂ ਅਹਿਮ ਦਿਹਾੜਾ ਆ ਰਿਹਾ, ਉਹਦੇ ਲਈ ਇੱਕ ਸਟੇਜ ਨਾ ਲੱਗਣ ਨੂੰ ਜਿਹੜਾ ਸਾਬੋਤਾਜ ਕਿਸੇ ਨੇ ਕੀਤਾ, ਬਾਦਲਕਿਆਂ ਨੇ ਕੀਤਾ ਜਾਂ ਕੈਪਟਨ ਅਮਰਿੰਦਰ ਨੇ ਕੀਤਾ? ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜੇ ਕਈ ਅਖਬਾਰ 'ਚ ਆਉਂਦੇ ਨੇ ਕਿ ਅਮਰਿੰਦਰ ਸਿੰਘ ਨੇ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਿਆ ਜੀ, ਉਹਨਾਂ ਨੂੰ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅਕਾਲ ਤਖ਼ਤ ਦਾ ਹੁਕਮ ਪੰਜਾਬ ਗੌਰਮੈਂਟ 'ਤੇ ਲਾਗੂ ਨਹੀਂ ਹੁੰਦਾ। ਅਗਰ ਉਹ ਅਮਰਿੰਦਰ ਸਿੰਘ ਬਤੌਰ ਸਿੱਖ ਕੋਈ ਚੀਜ਼ ਔਰ ਉਸਨੂੰ ਕਹਿੰਦੇ ਹੋਰ ਚੀਜ਼ ਹੈ, ਲੇਕਿਨ ਜਿਹੜੀ ਗੌਰਮੈਂਟ ਹੈ ਉਹ ਸਿੱਖ ਗੌਰਮੈਂਟ ਨਹੀਂ ਹੈ। ਇਸ ਕਰਕੇ ਜਿਹੜੀ ਉਹਨਾਂ ਦੀ ਰਾਏ ਹੈ, ਉਹਨਾਂ ਦੀ ਜਿਹੜੀ ਅਪੀਲ ਹੈ ਜਥੇਦਾਰ ਸਾਹਿਬ ਦੀ, ਉਹ ਜਿਹਨੂੰ ਕਹਿੰਦੇ ਵਾਜਬ ਹੈ। ਹੁਕਮਨਾਮਾ ਨਹੀਂ ਦੇ ਸਕਦੇ ਉਹ, ਜਿਹੜਾ ਆਮ ਕਿਹਾ ਜਾਂਦਾ ਉਹਨਾਂ ਦੇ ਕਹੇ ਦੇ ਬਾਵਜੂਦ ਨਹੀਂ ਇਹ ਕਰ ਰਹੇ। ਪਰ ਦੂਜੇ ਪਾਸੇ ਜੀ, ਦੂਜੇ ਪਾਸੇ ਕੈਪਟਨ ਅਮਰਿੰਦਰ ਇਹ ਕਹਿ ਰਹੇ ਹੈ, ਉਹਨਾਂ ਦਾ ਕਹਿਣਾ ਕਿ ਅਕਾਲ ਤਖ਼ਤ ਦੇ ਜਿਹੜੇ ਕਾਰਜਕਾਰੀ ਜਥੇਦਾਰ ਹੈ ਉਹ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਦੇ ਦਬਾਅ ਹੇਠਾਂ ਆ ਕੇ ਸਾਰੀ ਜਿਹੜੀ ਹੈਗੀ ਸਟੇਜ ਦਾ ਪ੍ਰਬੰਧ ਕਰਵਾ ਰਹੇ ਹੈ। ਮੇਰਾ ਖਿਆਲ ਹੈ ਕਿ ਅਮਰਿੰਦਰ ਸਿੰਘ ਨੇ ਆਮ ਲੋਕਾਂ ਦਾ ਜੋ ਫੀਲਿੰਗ ਹੈ ਉਹ ਉਹਨਾਂ ਨੇ ਬੋਲਤੀ, ਇਹ ਆਮ ਪ੍ਰਭਾਵ ਹੈ ਵੀ ਉੱਥੇ ਜੋ ਕੁਛ ਹੋ ਰਿਹਾ ਹੈ ਉਹ ਅਕਾਲੀ ਦਲ ਦੇ ਪ੍ਰਭਾਵ ਹੇਠ ਹੀ ਹੋ ਰਿਹਾ ਹੈ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਭਾਈ ਅਸ਼ੋਕ ਸਿੰਘ ਬਾਗੜੀਆ ਨਾਲ ਹੋਰ ਅਹਿਮ ਮੁੱਦਿਆਂ 'ਤੇ ਕਰਾਂਗੇ ਗੱਲਬਾਤ।
ਆਮਣ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਭਾਈ ਬਾਗੜੀ ਜੀ, ਬ੍ਰੇਕ ਤੋਂ ਪਹਿਲਾਂ ਜਿੱਦਾਂ ਤੁਸੀਂ ਭਗਵਾਂ ਕਰਨ ਦੀ RSS ਦੀ ਗੱਲ ਕਰ ਰਹੇ ਸੀ, ਸਵਾਲ ਇਹ ਪੈਦਾ ਹੁੰਦਾ ਕਿ ਅਕਾਲੀ ਦਲ ਜਿਹੜਾ ਹੈਗਾ ਹਿੰਦੂ ਰਾਸ਼ਟਰਵਾਦ ਦੇ ਮੁੱਦੇ 'ਤੇ ਚੁੱਪ ਕਿਉਂ ਹੈ? ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਇਹ ਤਾਂ ਆਪਣੀ ਸੋਚਣੀ ਉਹਨਾਂ ਦੇ ਗਹਿਣੇ ਰੱਖ ਕੇ ਸਰਕਾਰ ਲਈ ਹੈ ਜੀ। ਅਤੇ ਹੁਣ ਸਵਾਲ ਪੈਦਾ ਇਹ ਹੁੰਦਾ ਵੀ ਜਿਹੜਾ ਇਹ ਉਹਨਾਂ ਦਾ ਰਾਸ਼ਟਰੀਕਰਨ ਹੈ ਉਹ ਸਿਰਫ ਸਾਡੇ ਵਾਸਤੇ ਨਹੀਂ, ਉਹ ਸਮੁੱਚੇ ਹਿੰਦੁਸਤਾਨ ਵਾਸਤੇ ਬਹੁਤ ਘਾਤਕ ਹੈ। ਮਿਸਾਲ ਦੇ ਤੌਰ 'ਤੇ ਪੰਜਾਬ ਦੀ ਆਪਣੀ ਕਲਚਰ ਹੈ, UP ਦੀ ਆਪਣੀ ਕਲਚਰ ਹੈ, ਮੈਸੂਰ ਦੀ ਆਪਣੀ ਕਲਚਰ ਹੈ, ਉਹਨਾਂ ਦੀਆਂ ਆਪੋ ਆਪਣੀਆਂ ਕਲਚਰ ਨੇ, ਉਹਨਾਂ ਸਾਰਿਆਂ ਨੂੰ ਇੱਕ ਅਸੀਂ ਕਿਵੇਂ ਕਰ ਸਕਦੇ ਹਾਂ? ਜੋ ਰਣਜੀਤ ਸਿੰਘ ਸਾਡੇ ਵਾਸਤੇ ਹੈ ਉਹ ਮਹਾਰਾਸ਼ਟਰ ਵਾਲਿਆਂ ਵਾਸਤੇ ਨਹੀਂ ਜੀ, ਉਹਨਾਂ ਵਾਸਤੇ ਜੋ ਸ਼ਿਵਾਜੀ ਹਨ ਉਹ ਸਾਡੇ ਵਾਸਤੇ ਨਹੀਂ, ਮੈਸੂਰ ਵਾਸਤੇ ਜੋ ਤੈਮੂਰ ਹੈ ਉਹ ਸਾਡੇ ਵਾਸਤੇ ਨਹੀਂ, ਲੇਕਿਨ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਹਰ ਇੱਕ ਦੀ ਆਪੋ ਆਪਣੀ ਜਗ੍ਹਾ ਬਣ ਕੇ ਮਿਲਣੀ ਚਾਹੀਦੀ ਹੈ, ਤਾਂ ਕਿ ਉਹਨਾਂ ਦੀ ਜਿਹੜੀ ਆਪਣੀ ਕਲਚਰ ਹੈ, ਜ਼ੁਬਾਨ ਹੈ, ਜ਼ੁਬਾਨ ਤੋਂ ਬਗੈਰ ਕਲਚਰ ਹੀ ਰਹਿੰਦੇ, ਕਲਚਰ, ਜ਼ੁਬਾਨ ਅਤੇ ਲਿਟਰੇਚਰ, ਇਹ ਤਿੰਨ ਚੀਜ਼ਾਂ ਨੇ, ਇਹ ਇੱਕ ਇਹਨਾਂ ਦਾ ਜਿਹਨੂੰ ਕਹਿੰਦੇ ਅਨਬ੍ਰੇਕੇਬਲ ਲਿੰਕ ਹੈ, ਇਹ ਮਿਲ ਕੇ ਪਹਿਚਾਣ ਬਣਦੀ ਹੈ, ਪਹਿਚਾਣ ਬਣਦੀ ਹੈ, ਕਿਉਂਕਿ ਕਲਚਰ ਦੇ ਵਿੱਚੋਂ ਇਤਿਹਾਸ ਬਣਦਾ ਜੀ, ਕਿੱਸੇ ਕਹਾਣੀਆਂ ਬਣਦੀਆਂ ਨੇ, ਜ਼ੁਬਾਨ ਦੇ ਰਾਹੀਂ ਉਹਦਾ ਲਿਟਰੇਚਰ ਬਣਦਾ ਹੈ, ਇਹਨਾਂ ਤਿੰਨਾਂ 'ਚੋਂ ਅਗਰ ਅਸੀਂ ਤੋੜ ਦੇਵਾਂਗੇ ਤਾਂ ਉਹ ਸਾਰਾ ਕੁਛ ਤਹਿਸ ਮਹਿਸ ਹੋ ਜਾਏਗਾ। ਹੁਣ ਪੰਜਾਬੀ ਕਲਚਰ ਹੈ, ਪੰਜਾਬੀ ਦੇ ਵਿੱਚ ਕਦੇ ਕਿਸੇ ਹੋਏ ਨਹੀਂ ਵੀ ਕਿ ਸਿੱਖ ਕਲਚਰ ਹੈ, ਪੰਜਾਬੀ ਤਾਂ ਸਾਤੋਂ ਬਹੁਤ ਪਹਿਲਾਂ ਦੀ ਹੈ, ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪੰਜਾਬੀ ਨੂੰ ਜਿਹੜਾ ਇਹ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ, ਇਹ ਉੱਦਾਂ ਦੇਖਿਆ ਜਾਏ ਤਾਂ ਸਿਰਫ ਪੰਜਾਬੀ ਨੂੰ ਸਿੱਖਾਂ ਦੇ ਗੜ ਮੜ ਕੇ, ਉਰਦੂ ਨੂੰ ਮੁਸਲਮਾਨਾਂ ਦੇ ਨਾਲ ਲੜਕੇ ਜਿਹੜਾ ਮੜ ਕੇ ਇਹਨੂੰ ਦੇਖਿਆ ਜਾਂਦਾ ਹੈ, ਇਹ ਇੱਕ ਜ਼ਬਾਨ ਨੂੰ ਕਿਸੇ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਗਲਤ ਬਾਤ ਹੈ ਜੀ। ਜ਼ੁਬਾਨ ਕਿਸੇ ਧਰਮ ਵਾਸਤੇ ਅਧੀਨ ਨਹੀਂ ਹੈ ਔਰ ਉਹਦੇ ਵਾਸਤੇ ਕੋਈ ਲਾਜ਼ਮੀ ਨਹੀਂ, ਲੇਕਿਨ ਧਰਮ ਵਾਸਤੇ ਜ਼ੁਬਾਨ ਲਾਜ਼ਮੀ ਹੋ ਜਾਂਦੀ ਹੈ। ਸੰਸਕ੍ਰਿਤ ਸਾਰੇ ਪੜ੍ਹਦੇ ਨੇ, ਲੇਕਿਨ ਜੋ ਸੰਸਕ੍ਰਿਤ ਦਾ ਮੁੱਲ ਹਿੰਦੂ ਭਾਈਚਾਰੇ ਵਾਸਤੇ ਹੈ ਉਹ ਸਾਡੇ ਵਾਸਤੇ ਨਹੀਂ ਜੀ। ਭਾਈ ਬਗੜੇ, ਤੁਸੀਂ ਅਹਿਮ ਗੱਲ ਕਹਿ ਰਹੇ ਹੋ, ਜਦੋਂ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੇ ਇਹਨਾਂ ਮੁੱਦਿਆਂ 'ਤੇ ਸਟੈਂਡ ਲੈਣ ਦੀ, ਹੁਣ ਪਿਛਲੇ ਦਿਨਾਂ 'ਚ ਕੇਂਦਰ ਨੇ ਜਿੱਦਾਂ ਕਸ਼ਮੀਰ ਦਾ ਜਿਹੜਾ ਦਰਜਾ ਤੋੜਿਆ, ਉਹਦਾ ਸੂਬੇ ਦਾ ਸਟੇਟਸ ਖਤਮ ਕੀਤਾ, ਧਾਰਾ 370 ਹਟਾਈ, ਇਹ ਫੈਡਰਲ ਸਿਸਟਮ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੋਈਆਂ ਗੱਲਾਂ, ਜਦੋਂ ਹੁਣ ਅਕਾਲੀ ਦਲ ਇਹਨਾਂ ਮੁੱਦਿਆਂ 'ਤੇ ਸਟੈਂਡ ਨਹੀਂ ਲੈਂਦਾ, ਇਹਦਾ ਮਤਲਬ ਅਕਾਲੀ ਦਲ ਦਾ ਜਿਹੜਾ ਬੁਨਿਆਦੀ ਸਿਧਾਂਤ ਸੀ ਫੈਡਰਲਵਾਦ ਦਾ ਜਾਂ ਫੈਡਰਲ ਸਿਸਟਮ ਦੀ ਹਿਮਾਇਤ ਕਰਨਾ, ਉਹ ਤਾਂ ਸਿਧਾਂਤ ਹੀ ਛੱਡ ਗਿਆ। ਫੈਡਰਲ ਸਿੰਘ ਨੂੰ ਮੈਂ ਤਾਂ ਪੁੱਛਦਾ ਵੀ ਅਨੰਦਪੁਰ ਸਾਹਿਬ ਰੈਜੋਲਿਊਸ਼ਨ ਕਿੱਥੇ ਗਿਆ? ਅਨੰਦਪੁਰ ਸਾਹਿਬ ਰੈਜੋਲਿਊਸ਼ਨ ਤਾਂ ਇਹਨਾਂ ਦਾ ਹੈ, ਸਾਡਾ ਹੈ ਜੀ, ਇਹਨਾਂ ਦਾ ਨਹੀਂ ਸਾਡਾ ਹੈ। ਬਲਕਿ ਇੱਥੋਂ ਤੱਕ ਮੈਂ ਹੁਣ ਗੱਲ ਕੀਤੀ ਸੀ 1985 'ਚ ਜਦੋਂ ਭੰਡਾਰਾ ਸਾਹਿਬ ਦੀ ਸਰਕਾਰ ਬਣਨ ਲੱਗੀ ਹੈ, ਮੈਂ ਉਹਨਾਂ ਨੂੰ ਵਧਾਈ ਦੇਣ ਗਿਆ, ਉਦੋਂ ਮੈਂ ਉਹਨਾਂ ਨੂੰ ਆਪਣੇ ਵੱਲੋਂ ਸੁਜੈਸ਼ਨ ਦੇ ਕੇ ਆਇਆ ਵੀ ਹੁਣ ਤੁਸੀਂ ਇਹ ਆਪਣੀ ਟੀਮ ਬਣਾ ਕੇ ਦੋ ਚਾਰ ਜਿਹੜੀਆਂ ਹੈਗੀਆਂ ਨੇ ਪ੍ਰੈਫਰੇਬਲੀ ਨੋਨ ਪੋਲੀਟੀਸ਼ਨ, ਉਹਨਾਂ ਨੂੰ ਉਹਨਾਂ ਸਟੇਟਸ ਵਿੱਚ ਭੇਜੋ ਜਿਹੜੀਆਂ ਵਿੱਚ ਵਾਂਟ ਮੋਰ ਪਾਵਰਸ ਟੂ ਦੀ ਸਟੇਟ, ਤਾਂ ਕਿ ਉਹਨਾਂ ਨੂੰ ਦੱਸੀਏ ਵੀ ਜਿਹੜਾ ਇਹ ਸਾਡਾ ਹੈਗਾ ਅਨੰਦਪੁਰ ਸਾਹਿਬ ਰੈਜੋਲਿਊਸ਼ਨ, ਇਹ ਕੋਈ ਸਾਡਾ ਧਾਰਮਿਕ ਨਹੀਂ ਹੈ, ਇਹ ਇੱਕ ਡੈਮੋਕ੍ਰੈਟਿਕ ਸੈਟਅਪ ਵਾਸਤੇ ਇੱਕ ਸਾਡੀ ਕਦਮ ਹੈ, ਅਸੀਂ ਆਪਣੀ ਕਲਚਰ ਨੂੰ ਮਹਿਫੂਜ਼ ਰੱਖਣਾ ਚਾਹੁੰਦੇ ਹਾਂ। ਇਹ ਕਲਚਰ ਉਹੀ ਹੈ ਜਿਹੜੀ ਗਾਂਧੀ ਔਰ ਨਹਿਰੂ ਨੇ ਜਿਹੜਾ ਕਿਹਾ ਸੀ, ਅ ਪਲੇਸ ਇਨ ਦੀ ਨੌਰਥ ਵੇਅਰ ਦੀ ਸਿੱਖਸ ਕੈਨ ਫੀਲ ਗਲੋ ਆਫ ਇੰਡੀਪੈਂਡੈਂਸ, ਉਹੀ ਚੀਜ਼ ਮੰਗਦੀ ਹੈ ਨਾ। ਫਿਰ ਅਕਾਲੀ ਦਲ ਛੱਡ ਗਿਆ ਸਾਰਾ ਕੁਛ, ਸਾਰਾ ਕੁਛ ਛੱਡ, ਮੈਂ ਦੱਸਿਆ 96 ਜਦ ਪੰਥ ਹੀ ਛੱਡਤਾ ਉਹਨਾਂ ਨੇ,
ਫਿਰ ਤਾਂ ਸਾਰਾ ਕੁਛ ਆਪੇ ਰਹਿ ਕੇ ਗਿਆ। ਬਿਲਕੁਲ ਜੀ, ਉਹਨਾਂ ਜਿਸ ਮੁੱਦੇ 'ਤੇ ਤੁਸੀਂ ਕਹਿ ਰਹੇ ਹੋ, ਕੁਝ ਦਿਨ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ 4 ਜਿਹੜੀਆਂ ਸੀਟਾਂ ਦੀਆਂ ਇਲੈਕਸ਼ਨ ਆਈਆਂ, ਉਹਦੇ 'ਚ ਜਲਾਲਾਬਾਦ ਸੁਖਬੀਰ ਬਾਦਲ ਜਿਹੜਾ ਆਪਣੀ ਸੀਟ ਦਾ ਦਾਅਵਾ ਕਰਦਾ ਸੀ, ਪਿਛਲੇ 16 ਸਾਲਾਂ ਬਾਅਦ ਪਹਿਲੀ ਵਾਰ ਸੁਖਬੀਰ ਬਾਦਲ ਦੀ ਸੀਟ 'ਤੇ ਅਕਾਲੀ ਦਲ ਹਾਰਿਆ। ਲੱਗਦਾ ਕਿ ਸਿੱਖਾਂ ਨੇ ਅਤੇ ਪੰਜਾਬੀਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਹੀ ਰੱਦ ਕਰ ਦਿੱਤਾ ਹੈ। ਵੀ ਇਹ ਤਾਂ ਸਿੱਧਾ ਹੀ ਹੈ, ਇਹ ਤਾਂ ਸਾਫ਼ ਹੀ ਹੈ ਵੀ ਉਹਨਾਂ ਨੇ ਜਿਹੜੇ ਉਹਨਾਂ ਦੇ ਬੇਸਿਕ ਪੁਆਇੰਟ ਸੀ, ਉਹਨਾਂ ਦੇ ਮੁੱਦੇ ਸੀ, ਉਹ ਉਹਨਾਂ ਨੇ ਕਦੇ ਚੱਕੇ ਹੀ ਨਹੀਂ। ਪਾਣੀ ਦੇ ਉੱਪਰ ਕਿਉਂ ਚੁੱਪ ਨੇ? ਪਾਣੀ ਸਾਡਾ ਬੇਸਿਕ ਪਾਰਟ ਹੈ, ਉਹਦੇ ਉੱਪਰ ਕਿਉਂ ਚੁੱਪ ਹੈ ਅਕਾਲੀ ਦਲ? ਜੇ ਹਰਿਆਣੇ ਨਾਲ ਜਾ ਕੇ ਤੁਸੀਂ ਕਰਨਾ ਹੈ ਤਾਂ ਫਿਰ ਤੁਸੀਂ ਆਪਣੇ ਪਾਣੀ ਦਾ ਕਿਵੇਂ ਕਰ ਦੇ? ਇੱਥੇ ਤੁਹਾਡੀ ਆਪਣੇ, ਮੈਂ ਆਪਣੇ ਕਹਿੰਦਾ, ਮਾਲਵੇ ਦਾ 16 ਲੱਖ ਏਕੜ ਦਾ ਪਾਣੀ ਜਾਏਗਾ, ਇਹ ਸਾਡੇ ਕੋਲ ਫਿਗਰਸ ਨੇ। ਕਿਉਂਕਿ ਜਿਹੜੀ ਅਮਰਿੰਦਰ ਸਿੰਘ ਉਹਨਾਂ ਨੇ 2004 'ਚ ਉਹ ਕੀਤਾ, ਨਾਲ ਕੀਤਾ, ਉਹਨਾਂ ਸਾਰਾ ਜਿਹੜੇ ਸੀ ਉਸੀ ਬਣਾ ਕੇ ਦਿੱਤਾ ਉਹਨਾਂ ਨੂੰ ਜੀ ਵਾਟਰ ਡਿਸਪਿਊਟ 'ਤੇ। ਫਿਰ ਇਹ ਜਿਹੜੀਆਂ ਚੀਜ਼ਾਂ ਨੇ, ਔਰ ਸਵਾਦ ਦੀ ਗੱਲ ਇਹ ਹੈ ਕਿ ਸਾਰਿਆਂ ਤੋਂ ਵੱਧ ਪਾਣੀ ਤਾਂ ਰਾਜਸਥਾਨ ਲਿਜਾ ਰਿਹਾ, ਉਹਦੀ ਕੋਈ ਗੱਲ ਨਹੀਂ ਕਰ, ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਜੇ ਉਹਦੇ 'ਚੋਂ ਸਾਡਾ ਹਿੱਸਾ ਮਿਲ ਜਾਏ ਤਾਂ ਹਰਿਆਣੇ ਦਾ ਵੀ ਪੂਰਾ ਹੋ ਜਾਂਦਾ, ਸਾਡਾ ਵੀ ਹੋ ਜਾਂਦਾ। ਇੱਕ ਦੂਸਰਾ ਇਹ ਕਿ ਜਮੁਨਾ ਰਾਈਪੇਰੀਅਨ ਨਹੀਂ ਹੈ, ਜਮੁਨਾ ਦੇ ਵਿੱਚ ਪੰਜਾਬ ਦਾ ਹਿੱਸਾ ਕਿੱਥੇ ਹੈ? ਪੰਜਾਬ ਦਾ ਹਿੱਸਾ ਜਮੁਨਾ 'ਚੋਂ ਦੇ ਦਿਓ ਤੁਸੀਂ, ਪੰਜਾਬ ਦੇ ਦਰਿਆਵਾਂ ਵੱਲ ਹੀ ਕਿਉਂ ਦੇ? ਹਾਂ ਹਾਂ, ਸਿਰ ਇੱਧਰ ਨੂੰ ਸਾਡੇ 'ਤੇ ਕਿਉਂ ਰੱਖਦੇ ਹੋ? ਉਹਨੂੰ ਕਿਉਂ, ਉਹਦਾ ਕਿਉਂ ਨਹੀਂ ਮੰਨਦੇ? ਬਾਬੇ ਨਾਨਕ ਦਾ ਸੁਨੇਹਾ ਕਿੱਥੇ ਹੈ? ਅਸੀਂ ਤਾਂ ਸਾਰਾ ਜ਼ੋਰ ਇਸ ਗੱਲ 'ਤੇ ਲਾਇਆ ਵਾ ਕਿ ਕੌਣ ਕੌਣ ਹਸਤੀਆਂ ਆ ਰਹੀਆਂ। ਇਹੀ ਤਾਂ ਸਾਡੀ ਮੰਦਭਾਗ ਹੈ ਵੀ ਅਸੀਂ ਦਿਖਾਵਾ ਜ਼ਿਆਦਾ ਕਰਦੇ ਹਾਂ, ਵਿੱਚ ਕੁਛ ਨਹੀਂ ਹੁੰਦਾ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ। ਬਾਬਾ ਨਾਨਕ ਨੂੰ ਸਮਝਣ ਵਾਸਤੇ ਅਸੀਂ ਅਸਲ 'ਚ ਬਾਬਾ ਨਾਨਕ ਦੀ ਪਹਿਲੀ ਗੱਲ ਤਾਂ ਹੈ ਕਿ ਗੁਰੂ ਨਾਨਕ ਦੇ ਨਾਲ ਦੇਵ ਪਤਾ ਨਹੀਂ ਕਦੋਂ ਤੋਂ ਲੱਗਿਆ। ਭਾਈ ਗੁਰਦਾਸ ਦੇ ਬਾਣੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਦੇ ਨਾਲ ਦੇਵ ਨਹੀਂ ਹੈ, ਔਰ ਇਹ ਪਤਾ ਲੱਗਿਆ ਕਿ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਹੈ, ਪਹਿਲਾਂ ਇਹਦਾ ਨਾਂ ਗੁਰੂ ਨਾਨਕ ਯੂਨੀਵਰਸਿਟੀ ਸੀ, ਲੇਕਿਨ ਫਿਰ ਉਸ ਵੇਲੇ ਜਿਹੜਾ ਅਕਾਲੀ ਦਲ ਦਾ ਭਾਈਵਾਲੀ ਸੀ ਉਹਨਾਂ ਦੇ ਨਾਂ ਮੰਨਣ ਕਰਕੇ ਸਰਕਾਰ ਟੁੱਟ ਗਈ ਅਤੇ ਦੁਬਾਰਾ ਸਰਕਾਰ ਬਣੀ ਕੀਤੀ, ਫਿਰ ਜਾ ਕੇ ਉਹਦੇ ਵਿੱਚ ਦੇਵ ਲਗਾ ਕੇ ਅਤੇ ਇਹ ਹੋਈ। ਨਾਨਕ ਦੇ ਵਿੱਚ ਦੇਵ ਨਹੀਂ ਹੈ, ਨਾਨਕ ਹੈ, ਕਈ ਜਗ੍ਹਾ 'ਤੇ ਨਾਨਕ ਰਾਏ ਹੈ, ਚੜ੍ਹਿਆ ਸੋਧਨ ਧਰਤ ਲੁਕਾਈ, ਜਾਂ ਹੋਰ ਜਿੱਥੇ ਵੀ ਆਉਂਦੇ ਨੇ ਪ੍ਰਗਟੇ ਨਾਨਕ ਲਾਨਕ ਨਾਨਕ ਰਾਏ, ਨਾਨਕ ਦੇਵ ਦਾ ਸ਼ਬਦ ਨਹੀਂ ਆਉਂਦਾ। ਅਤੇ ਬਾਕੀ ਜਿਹੜੀ ਚੀਜ਼ ਅਸੀਂ ਦੇਖਦੇ ਹਾਂ, ਅਸੀਂ ਜ਼ਿਆਦਾ ਮਨਾ ਰਹੇ ਹਾਂ ਨਾਨਕ ਪੁੱਤਰ ਕਲਿਆਣਦਾਸ, ਇਹ ਜਿਹੜੀ ਚੀਜ਼ ਹੈ ਇਹ ਨਹੀਂ। ਨਾਨਕ ਤਾਂ ਜੋਤ ਹੈ, ਜੋ ਅਸੀਂ ਉਦੋਂ ਅਸੀਂ 10ਵੇਂ ਜਾਮੇ ਤੱਕ ਚੱਲਦੀ ਹੈ, ਅਸੀਂ ਉਸ ਨੂੰ ਮਨਾਓ ਜੇ ਮਨਾਉਣਾ, ਜੋ ਉਹਨਾਂ ਨੇ ਜਪਜੀ ਸਾਹਿਬ 'ਚ ਲਿਖਿਆ ਉਹਨੂੰ ਮਨਾਓ, ਉਹਨਾਂ ਦਾ ਸੁਨੇਹਾ ਉਹ ਸੁਨੇਹਾ। ਔਰ ਜੇ ਕਿਸੇ ਨੂੰ ਨਾ ਪਤਾ ਹੋਵੇ, ਮੁਹੰਮਦ ਇਕਬਾਲ ਨੇ ਲਿਖਿਆ ਇੱਕ, ਮੈਂ ਸਾਰੀ ਡਿਟੇਲ 'ਚ ਨਹੀਂ ਜਾਂਦਾ, ਇੰਨਾ ਕੁ ਦੱਸਦਾ, ਉਹਨੇ ਕਿਹਾ ਕਿ ਜੋ ਨਾਨਕ ਨੇ ਜਪਜੀ ਸਾਹਿਬ ਦੇ ਵਿੱਚ ਇਸਲਾਮ ਬਾਰੇ ਲਿਖਿਆ ਉਹ ਕਿਸੇ ਮੁਸਲਮਾਨ ਨੇ ਨਹੀਂ ਲਿਖਿਆ। ਬਹੁਤ ਵੱਡੀ ਗੱਲ ਕਹੀ ਹੈ। ਹਾਂ, ਔਰ ਕਹੀ ਵੀ ਉਹਨੂੰ, ਉਹਨਾਂ ਦੇ ਨਾਲ ਸੀ ਇੱਕ ਸਿਆਸਤ ਅਖਬਾਰ, ਉਹਦਾ ਐਡੀਟਰ ਸੀ, ਉਹਨੇ ਕਿਹਾ ਸੀਗਾ ਕਿ ਮੈਂ ਪੰਜਾਬੀ 'ਚ ਟਰਾਂਸਲੇਸ਼ਨ ਕਰਨੀ ਚਾਹੁੰਦਾ ਜਪਜੀ ਦੀ। ਉਹਨੂੰ ਕਿਹਾ ਪਹਿਲਾਂ ਦੁਆ ਕਰ ਕਿ ਅੱਲਾਹ ਤਾਲਾ ਤੈਨੂੰ ਤੌਫੀਕ ਬਖਸ਼ੇ, ਤਾਂ ਇਹਨੂੰ ਹੱਥ ਪਾਈ। ਭਾਈ ਬਾਗਣੀ ਜੀ, ਇਹੋ ਜਿਹੀਆਂ ਪ੍ਰਸਥਿਤੀਆਂ ਬਣ ਗਈਆਂ ਜਿਹੜੀਆਂ ਪਿਛਲੇ ਸਮੇਂ ਦੇ ਜਦੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸੱਤਾ ਸੀਗੇ, ਉਦੋਂ ਜਿਹੜਾ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਬਹੁਤ ਵੱਡੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ,
ਉਹਨੂੰ ਲੈ ਕੇ ਲੋਕਾਂ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਲਗਾਤਾਰ ਅਜੇ ਤੱਕ ਅਕਾਲੀ ਦਲ ਹਾਸ਼ੀਏ 'ਤੇ ਚੱਲਿਆ ਆ ਰਿਹਾ। ਮੇਰੀ ਜਾਣਕਾਰੀ ਮੁਤਾਬਕ ਕਾਫੀ ਅਕਾਲੀ ਦਲ ਦੇ ਅੰਦਰ ਰੋਸ ਵੀ ਹੈ, ਜਿੱਦਾਂ ਹੁਣ ਜਲਾਲਾਬਾਦ ਦਾ ਵੀ ਆਪਾਂ ਜ਼ਿਕਰ ਕੀਤਾ, ਲੋਕਾਂ ਨੇ ਹਰਾਇਆ। ਕੋਈ ਲੱਗਦਾ ਹੈ ਕਿ ਇਸ ਵੇਲੇ ਜਿਹੜਾ ਹੈਗਾ ਬਾਦਲਾਂ ਦੀ ਲੀਡਰਸ਼ਿਪ ਨੂੰ ਛੱਡ ਕੇ ਕੋਈ ਹੋਰ ਇੱਦਾਂ ਦੀ ਲੀਡਰਸ਼ਿਪ ਅੱਗੇ ਆ ਸਕਦੀ ਜਿਹੜੀ ਅਕਾਲੀ ਦਲ ਨੂੰ ਸੰਭਾਲ ਸਕੇ? ਦੇਖੋ, ਜਿਹੜਾ ਅਕਾਲੀ ਦਲ ਦਾ ਲਫਜ਼ ਹੈ ਨਾ, ਉਹ ਸਿੱਖ ਸਾਈਕੀ ਦੇ ਵਿੱਚ ਰਲਿਆ ਹੋਇਆ। ਕੋਈ ਵੀ ਆਉਂਦਾ ਹੈ ਰੱਖਦਾ, ਉਹ ਆਪਣੇ ਆਪ ਨੂੰ ਅਕਾਲੀ ਨਾਲ ਲਾ ਕੇ ਲਾਉਂਦਾ ਇੱਕ ਸਾਡੀ, ਜੇ ਉਸ ਤਰ੍ਹਾਂ ਤਾਂ ਉਸ ਵਿਚਾਰਧਾਰਾ ਦਾ, ਮੈਂ ਵੀ ਉਸ ਵਿਚਾਰਧਾਰਾ ਦਾ ਜੀ, ਮੇਰਾ ਪਰਿਵਾਰ ਉਸ ਵਿਚਾਰਧਾਰਾ ਦਾ, ਲੇਕਿਨ ਉਹ ਨਹੀਂ ਹੈ ਅਕਾਲੀ ਦਲ ਜਿਹੜਾ ਦੂਸਰੇ ਨੂੰ ਸਮਰਪਿਤ ਹੋ ਜੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ, ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਵੀ ਅਕਾਲੀ ਦਲ ਇਹ ਨਹੀਂ ਹੈ ਕਿ ਜਿਹੜਾ ਬਾਦਲਾਂ ਦੇ ਕਬਜ਼ੇ ਵਾਲਾ ਅਕਾਲੀ ਦਲ ਹੈ ਉਹੀ ਅਕਾਲੀ ਦਲ ਹੈ? ਨਾ ਨਾ, ਅਕਾਲੀ ਦਲ ਤਾਂ ਸੈਪਰੇਟ ਹੈ, ਇਹਨਾਂ ਦੇ ਆਉਣ ਤੋਂ ਪਹਿਲਾਂ ਆਇਆ, ਇਹਨਾਂ ਦੇ ਬਾਅਦ ਵੀ ਚੱਲੇਗਾ ਜੀ। ਤੋ ਇਹ ਜਿਹੜੀ ਚੀਜ਼ਾਂ ਸੀ, ਦੂਜੇ ਨੂੰ ਸਮਰਪਿਤ ਹੋ ਕੇ ਨਾ ਚੱਲੀਏ, ਇਹ ਤਾਂ ਜਿਹੜੇ ਹੁਣ ਇਸ ਵੇਲੇ ਤਾਂ ਜੇ ਦੇਖਿਆ ਜਾਏ ਤਾਂ ਜਿਹੜਾ ਟਕਰਾਓ ਹੈ ਉਹ ਕਾਂਗਰਸ ਔਰ ਬੀਜੇਪੀ ਦਾ ਹੈ। ਇਹ ਉਹਨਾਂ ਨੇ ਇੱਥੇ, ਇਹ ਜਿਹੜਾ ਅਕਾਲੀ ਦਲ ਹੈ ਇਹ ਤਾਂ ਹੁਣ ਬੀਜੇਪੀ ਦਾ ਇੱਕ ਮੋਹਰਾ ਹੈ, ਮੈਨੂੰ ਕਹਿਣ 'ਚ ਕੋਈ ਮੈਨੂੰ ਸੰਕੋਚ ਨਹੀਂ ਹੈ, ਕਿਉਂਕਿ ਇਹ ਤਾਂ ਉਹ ਜੋ ਉੱਥੋਂ ਇਹਨਾਂ ਨੂੰ ਕਹਿੰਦੇ ਨੇ ਉਹ ਅੱਗੇ ਸੁਣਾ ਦਿੰਦੇ ਨੇ, ਅਤੇ ਜੋ ਸਾਡੇ ਗੱਲ ਪਾਉਣੀ ਹੁੰਦੀ ਹੈ ਚੀਜ਼ ਉਹ ਸਿੱਖਾਂ ਤੋਂ ਕਹਾ ਦਿੰਦੇ ਨੇ। ਔਰ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿੰਨੀ ਦੇਰ ਸਿੱਖ ਸੰਗਤ ਆਪਣਾ ਰੋਲ ਭੁੱਲ ਗਈ। ਕੀ ਜਿਹੜਾ ਹੈਗਾ ਹੁਣ ਜਦੋਂ ਬਾਬਾ ਨਾਨਕ ਦਾ ਆਪਾਂ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਕੋਈ ਅਹਿਮ ਸੁਨੇਹਾ ਇਹੋ ਜਿਹਾ ਦੇਣਾ ਚਾਹੋਗੇ? ਦੇਖੋ, ਸਾਡੀ ਤਾਂ ਵੱਖਰੀ ਪਹਿਚਾਣ, ਸਾਡੀ ਆਪਣੀ ਪਹਿਚਾਣ ਹੈ, ਕੋਈ ਉਹਨੂੰ ਵੱਖਰੀ ਸਮਝੇ ਕੁਛ ਸਮਝੇ, ਅਸੀਂ ਬਾਬਾ ਨਾਨਕ ਦੇ ਸੇਵਕ ਆ ਜੀ। ਔਰ ਉੱਥੋਂ ਜੋ ਸਾਨੂੰ ਮਿਲਦੀ ਹੈ ਕਰਤਾਰਪੁਰ ਸਾਹਿਬ ਤੋਂ ਸੇਧ, ਉਹ ਇਹ ਹੈ ਕਿ ਉਹਨਾਂ ਦਾ ਇੱਕ ਪਾਸੇ ਉੱਥੇ ਉਹਨਾਂ ਦਾ ਮਕਬਰਾ ਬਣਿਆ ਹੋਇਆ, ਦੂਜੇ ਪਾਸੇ ਉਹਨਾਂ ਦੀ ਸਮਾਧ ਬਣੀ ਹੋਈ ਹੈ ਉੱਥੇ ਕਰਤਾਰਪੁਰ। ਹੁਣ ਇਸ ਤੋਂ ਵੱਡੀ ਏਕਤਾ ਕਿਹੜੀ ਹੋ ਸਕਦੀ ਹੈ, ਇਹ ਸਮਝਾਓ ਮੈਨੂੰ। ਇਹ ਦੁਨੀਆਂ ਦੇ ਵਿੱਚ ਇੱਕ ਪਿੱਛੇ ਜੇ ਮੈਂ ਬਣਾਇਆ, ਇੱਕੋ ਹੀ ਸ਼ਖਸ ਜਾਂ ਇਸੀ ਹੋਇਆ ਜਿਹਦੇ ਦੋ ਧਾਰਮਿਕ ਜਿਹਨੂੰ ਕਹਿੰਦੇ ਨੇ ਰੀਤੀਆਂ ਹੋਈਆਂ, ਹੁਣ ਇੱਕ ਪਾਸੇ ਮਕਬਰਾ, ਇੱਕ ਪਾਸੇ ਸਵਾਦ ਬਾਬਾ ਨਾਨਕ ਦੇ ਜੀ, ਉੱਥੇ ਹੈ ਉਹ ਹਰੇ ਰੰਗ ਦਾ ਉਹਨੂੰ ਰੱਖਿਆ, ਬਕਾਇਦਾ ਉੱਥੇ ਉਹਦੀ ਬਕਾਇਦਾ ਉੱਥੇ ਜਾਂਦੇ ਨੇ ਮੱਥਾ ਟੇਕਣ। ਸੋ ਇਹ ਅਸੀਂ ਉਸ ਚੀਜ਼ ਨੂੰ ਛੱਡ ਕੇ ਜੇ ਅਸੀਂ ਉੱਥੇ ਜਾਵਾਂਗੇ ਤਾਂ ਪਾਕਿਸਤਾਨ ਨਾਲ ਜਿਹੜਾ ਟਕਰਾਓ ਚੱਲਦਾ ਪਿਆ ਉਹਦੇ ਵਿੱਚ ਉੱਥੇ ਜਾਣ ਨਾਲ ਸਾਨੂੰ ਜਿਹਨੂੰ ਕਹਿੰਦੇ ਨੇ ਸਹੂਲੀਅਤ ਹੋਏਗੀ ਉਸਨੂੰ ਡਿਫਿਊਜ਼ ਕਰਨ ਵਾਸਤੇ। ਔਰ ਇੱਕ ਚੀਜ਼ ਮੈਂ ਪਤਾ ਨਹੀਂ ਤੁਹਾਡੇ ਕੰਟੈਕਟ ਤੋਂ ਬਾਹਰ ਨਾ ਚਲੇ ਜਾਵਾਂ, ਉਹ ਇਹ ਹੈ ਕਿ ਪਾਕਿਸਤਾਨ ਨਾਲ ਜਿਹੜੇ ਹਿੰਦੁਸਤਾਨ ਦੇ ਸੰਬੰਧ ਨੇ ਉਹਨਾਂ ਦਾ ਡਾਇਰੈਕਟ ਇਫੈਕਟ ਅਗਰ ਹੈ ਤਾਂ ਉਹ ਪੰਜਾਬ 'ਤੇ ਹੈ। ਜੇ ਚੰਗੇ ਨੇ ਸਾਡਾ ਵਪਾਰ ਚੰਗਾ ਹੈ, ਸਾਡੇ ਬੰਦਾ ਨਹੀਂ ਮਰਦਾ ਕੋਈ, ਅਤੇ ਜੇ ਮਾੜੇ ਨੇ ਸਭ ਤੋਂ ਪਹਿਲਾਂ ਵਪਾਰ ਬੰਦ ਹੁੰਦਾ, ਅਤੇ ਜੇ ਮਰਦੇ ਨੇ ਤਾਂ ਸਾਰੇ ਉੱਥੇ ਆਪਣੇ ਬੰਦੇ ਮਰਦੇ ਨੇ। ਭਾਈ ਬਾਗੜੀਆਂ ਜੀ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, ਖਾਸ ਤੌਰ 'ਤੇ ਬਾਬਾ ਨਾਨਕ ਦੇ ਜਿਹੜਾ 550 ਸਾਲਾ ਪ੍ਰਕਾਸ਼ ਦਿਹਾੜਾ, ਉਸ ਮੌਕੇ 'ਤੇ ਤੁਸੀਂ ਸਾਡੇ ਨਾਲ ਵਿਚਾਰ ਚਰਚਾ ਕੀਤੀ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਮੁੜ ਭਾਈ ਅਸ਼ੋਕ ਸਿੰਘ ਬਾਗੜੀਆਂ ਦਾ ਧੰਨਵਾਦੀ ਹੈ। ਇੰਝ ਹੀ ਅਗਲੇ ਹਫ਼ਤੇ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਜਗਤਾਰ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।